ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ 7 ਸਬਜ਼ੀਆਂ ਮਿਲਾ ਕੇ ਇੱਕ ਸਬਜ਼ੀ ਬਣਾਵਾਂਗੇ। ਅਤੇ ਆਹ ਆਪਣੇ ਗੋਭੀ ਹੈ, ਆਹ ਗਾਜਰ ਹੈ, ਆਹ ਪੱਤ ਗੋਭੀ ਹੈ, ਇਹਨੂੰ ਆਪਾਂ ਪਾਣੀ 'ਚ ਪਾ ਦਿਆਂਗੇ। ਆਹ ਸ਼ਿਮਲਾ ਮਿਰਚ ਹੈ, ਆਲੂ ਹੈ, ਵੈਂਗਣੀ ਹੈ ਅਤੇ ਮਟਰ ਆਪਾਂ ਕੱਢੀ ਬੈਠੇ ਹੈਗੇ। ਇਹਨੂੰ ਆਪਾਂ ਧੋ ਲਾਂਗੇ, ਪਹਿਲਾਂ ਚੰਗੀ ਤਰ੍ਹਾਂ ਧੋ ਲਾਂਗੇ। ਬਹੁਤ ਵਧੀਆ ਬਣੂਗੀ ਮਿਕਸ ਸਬਜ਼ੀ 7 ਸਬਜ਼ੀਆਂ ਰਲਾ ਕੇ। ਹੁਣ ਆਪਾਂ ਇਹਨੂੰ ਚੀਰ ਦਿਆਂਗੇ। ਆਹ ਇਕੱਲਾ ਆਪਾਂ ਫੁੱਲ ਪਾਉਣਾ, ਡੰਡਲ ਤਾਂ ਕੱਢ ਦਿਆਂਗੇ ਸਾਰੇ ਆਪਾਂ। ਜਿਹੜੇ ਵੱਡੇ ਆਪਾਂ ਛੋਟੇ ਕਰਾਂਗੇ ਇਹਨਾਂ ਨੂੰ। ਬਸ ਇੰਨੀ ਕੁ ਗੋਭੀ ਪਾਵਾਂਗੇ ਆਪਾਂ, ਫੁੱਲ ਗੋਭੀ। ਹੁਣ ਆਪਾਂ ਪੱਤ ਗੋਭੀ ਚੀਰਾਂਗੇ। ਇੰਨੀ ਕੁ ਆਪਾਂ ਅੱਧੀ ਪੱਤ ਗੋਭੀ ਪਾਵਾਂਗੇ। ਹੁਣ ਆਪਾਂ ਸ਼ਿਮਲਾ ਮਿਰਚ ਚੀਰਾਂਗੇ। ਹੁਣ ਆਪਾਂ ਬੈਂਗਣੀ ਚੀਰਾਂਗੇ। ਹੁਣ ਆਪਾਂ ਆਲੂ ਛਿੱਲਾਂਗੇ, ਛਿੱਲ ਕੇ ਚੀਰਾਂਗੇ।
ਇਸੇ ਤਰ੍ਹਾਂ ਆਪਾਂ ਗਾਜਰ ਚੀਰ ਲਾਂਗੇ ਛਿੱਲ ਕੇ। ਲਓ ਆਪਾਂ ਸਾਰੀਆਂ ਸਬਜ਼ੀਆਂ ਚੀਰ ਲਈਆਂ ਅਤੇ ਆਪਾਂ ਮਟਰਾਂ 'ਚ ਪਾਣੀ ਵੀ ਪਾ ਲਿਆ ਅਤੇ ਹੁਣ ਆਪਾਂ ਅੱਗ ਬਾਲਾਂਗੇ ਅਤੇ ਕੜਾਹੀ ਧਰਾਂਗੇ। ਹੁਣ ਆਪਾਂ ਤੇਲ ਪਾਵਾਂਗੇ। ਜੇ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ। ਲਓ ਆਪਣਾ ਤੇਲ ਗਰਮ ਹੋ ਗਿਆ, ਆਪਾਂ ਜੀਰਾ ਪਾਵਾਂਗੇ। ਲਸਣ, ਗੰਢਾ, ਹਰੀ ਮਿਰਚ ਇਹ ਪਾਵਾਂਗੇ। ਮੋਟਾ ਮੋਟਾ ਗੰਢਾ ਚੀਰੇ ਆਪਾਂ। ਹੁਣ ਆਪਾਂ ਲੂਣ ਮਿਰਚ ਪਾਵਾਂਗੇ। ਗੰਢਾ, ਹਰੀ ਮਿਰਚ, ਲਸਣ ਭੁੱਜ ਗਏ ਹੈ। ਲੂਣ ਮਿਰਚ ਹਿਸਾਬ ਦੇ ਨਾਲ ਹੀ ਪਾਵਾਂਗੇ। ਹਲਦੀ, ਗਰਮ ਮਸਾਲਾ, ਪਾਣੀ ਪਾਵਾਂਗੇ। ਟਮਾਟਰ ਆਪਾਂ ਬਾਅਦ 'ਚ ਪਾਵਾਂਗੇ। ਰਸਮੀ ਸੀ ਬਣਾਵਾਂਗੇ ਆਪਾਂ, ਬਾਹਲੀ ਸੁੱਕੀ ਨਹੀਂ ਬਣਾਉਂਦੇ। ਥੋੜ੍ਹਾ ਜਿਹਾ ਪਾਣੀ ਆਪਾਂ ਹੋਰ ਪਾ ਦਿਆਂਗੇ। ਉੱਤੋਂ ਆਪਾਂ ਢੱਕ ਦਿਆਂਗੇ। ਜੇ ਪਾਣੀ ਰਿੱਝਣ ਲੱਗ ਗਿਆ ਮਸਾਲਾ ਫਿਰ ਆਪਾਂ ਪਾਵਾਂਗੇ ਸਬਜ਼ੀ। ਪਾਣੀ ਰਿੱਝਣ ਲੱਗ ਗਿਆ, ਹੁਣ ਆਪਾਂ ਮਟਰ ਪਾਵਾਂਗੇ। ਪਹਿਲਾਂ ਆਪਾਂ ਸਬਜ਼ੀ ਪਾ ਦਿਆਂਗੇ।
ਹੁਣ ਆਪਾਂ ਨਾਲ ਹੀ ਟਮਾਟਰ ਪਾ ਦੇਵਾਂਗੇ। ਇੱਕ ਬੈਂਗਣੀ ਵੀ ਬੁੜਕ ਕੇ ਡਿੱਗ ਪਈ ਥੱਲੇ, ਬਾਹਰ ਨਿਕਲ ਗਈ ਆ ਕੜਛੀ ਨਾਲ। ਹੁਣ ਆਪਾਂ ਉੱਤੋਂ ਢੱਕ ਦਿਆਂਗੇ ਇਹਨੂੰ। ਲਓ 5 ਮਿੰਟ ਹੋ ਗਏ ਆਪਣੀ ਸਬਜ਼ੀ ਪਾਈ ਨੂੰ, ਸਿੱਝਣ ਲੱਗ ਪਈ ਹੈ। ਅਤੇ ਆਪਾਂ 5-7 ਮਿੰਟ ਹੋਰ ਰੱਖਾਂਗੇ ਉੱਤੇ, ਜੇ ਪਾਣੀ ਦੀ ਲੋੜ ਪਈ ਤਾਂ ਪਾਣੀ ਵੀ ਹੋਰ ਪਾ ਸਕਦੇ ਹਾਂ ਆਪਾਂ, ਪਾਵਾਂਗੇ। ਹਾਲੇ ਤਾਂ ਹੈਗਾ ਪਾਣੀ ਵਿੱਚ, ਆਪਾਂ ਰਸ ਮਿਸੀ ਬਣਾਉਣੀ ਹੈ, ਇਹ ਸੁੱਕੀ ਨਹੀਂ ਬਣਾਉਣੀ ਜੀ। ਢੱਕ ਦਿਆਂਗੇ। ਲਓ 15-16 ਮਿੰਟ ਹੋ ਗਏ ਆਪਣੀ ਸਬਜ਼ੀ ਬਣੀ ਜਾਂਦੇ ਨੂੰ। ਆਪਣੀ ਸਬਜ਼ੀ ਬਣ ਕੇ ਤਿਆਰ ਹੈ, ਰਸ ਮਿਸੀ ਹੈਗੀ, ਜ਼ਿਆਦਾ ਆਪਾਂ ਸੁਕਾਉਂਦੇ ਨਹੀਂ। ਹੁਣ ਆਪਾਂ ਲਾਹਾਂਗੇ, ਸਬਜ਼ੀ ਬਣ ਗਈ। ਕਿੱਡੀ ਵਧੀਆ ਬਣੀ ਸਬਜ਼ੀ, ਗੋਭੀ ਵੀ ਉਸੇ ਤਰ੍ਹਾਂ ਪਈ, ਆਪਾਂ ਬਾਅਦ ਚਰਨੀ ਹੈ 15-16 ਮਿੰਟ। ਰਸ ਮਿਸੀ ਬਣਾਈ ਹੈਗੀ, ਬਹੁਤ ਵਧੀਆ ਬਣੀ ਸਬਜ਼ੀ, ਮਿਕਸ ਸਬਜ਼ੀ, 7 ਸਬਜ਼ੀਆਂ ਰਲਾ ਕੇ ਆਪਾਂ ਇੱਕ ਸਬਜ਼ੀ ਬਣਾਈ ਹੈਗੀ। ਦੇਖੋ ਕਿੱਡੀ ਵਧੀਆ ਬਣੀ ਆਪਣੀ ਸਬਜ਼ੀ, ਬਹੁਤ ਵਧੀਆ ਬਣੀ ਹੈ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।